ਤਾਂ ਏਅਰਬੈਗ ਦੇ ਨਾਲ ਨਾਲ ਗੱਡੀ ਦਾ ਐਕਸਲ ਵੀ ਟੁੱਟ ਗਿਆ। ਕਿੱਡਾ ਭਿਆਨਕ ਹਾਦਸਾ ਹੋਇਆ ਹੈ, ਦੇਖ ਸਕਦੇ ਹੋ ਤਸਵੀਰਾਂ। ਚੰਡੀਗੜ੍ਹ ਦੀ ਗੱਡੀ ਦਾ ਪਹਾੜਾਂ ਦੇ ਵਿੱਚ ਭਿਆਨਕ ਹਾਦਸਾ ਹੋਇਆ ਹੈ। ਦਰਅਸਲ ਆਮੋ ਸਾਹਮਣੀ ਟੱਕਰ ਹੋਈ ਹੈ ਇੱਕ ਟਰੱਕ ਦੇ ਨਾਲ, ਜਿਸ ਤੋਂ ਬਾਅਦ ਗੱਡੀ ਦਾ ਤੁਸੀਂ ਹਾਲ ਦੇਖ ਸਕਦੇ ਹੋ। ਜੀਪ ਕੰਪਸ ਦੀ ਗੱਡੀ ਹੈ, 30 ਤੋਂ 35 ਲੱਖ ਇਸ ਗੱਡੀ ਦਾ ਮੁੱਲ ਹੈ। ਪਰ ਗੱਡੀ ਦਾ ਹਾਲ ਦੇਖੋ ਐਕਸੀਡੈਂਟ ਤੋਂ ਬਾਅਦ ਕੀ ਹੋ ਗਿਆ। ਇਹ ਗਨੀਮਤ ਇਹ ਰਹੀ ਹੈ ਕਿ ਇੰਨੇ ਭਿਆਨਕ ਹਾਦਸੇ ਤੋਂ ਬਾਅਦ ਵੀ ਇਸ ਦੇ ਅੰਦਰ ਸਵਾਰ ਜਿਹੜੇ ਲੋਕ ਸਨ ਦੋ, ਉਹ ਦੋਨਾਂ ਦੀ ਜਾਨ ਬਚ ਗਈ, ਉਹਨਾਂ ਨੂੰ ਖਰੋਚ ਤੱਕ ਨਹੀਂ ਆਈ। ਤਾਂ ਗੱਡੀ ਦੀ ਸੇਫਟੀ ਤੁਹਾਨੂੰ ਦਿਖਾ ਰਹੇ ਹਾਂ ਕਿ ਏਅਰਬੈਗ ਵੀ ਖੁੱਲ੍ਹ ਗਏ, ਐਕਸਲ ਟੁੱਟ ਗਿਆ, ਪਰ ਫਿਰ ਵੀ ਜਿਹੜੇ ਅੰਦਰ ਕਾਰ ਸਵਾਰ ਸੀ ਉਹਨਾਂ ਨੂੰ ਖਰੋਚ ਤੱਕ ਨਹੀਂ ਆਈ। ਪਰ ਤਸਵੀਰਾਂ ਤੁਹਾਨੂੰ ਜਿਹੜੀਆਂ ਦਿਖਾਈਆਂ ਉਹ ਸੋਲਨ ਸ਼ਹਿਰ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਰਾਜਗੜ੍ਹ ਰੋਡ ਦੇ ਉੱਤੇ ਮੇਨ ਮਾਰਕੀਟ ਦੀ ਇਹ ਰੋਡ ਹੈ, ਜਿੱਥੇ ਇਹ ਗੱਡੀ ਜੋ ਕਿ ਚੰਡੀਗੜ੍ਹ ਨੰਬਰ ਦੀ ਹੈ, ਇਸ ਦਾ ਇੱਕ ਟਰੱਕ ਦੇ ਨਾਲ ਹਾਦਸਾ ਹੁੰਦਾ ਹੈ, ਟੱਕਰ ਹੁੰਦੀ ਹੈ ਆਮੋ ਸਾਹਮਣੀ, ਜਿਸ ਤੋਂ ਬਾਅਦ ਗੱਡੀ ਬੁਰੀ ਤਰੀਕੇ ਦੇ ਨਾਲ ਨੁਕਸਾਨੀ ਗਈ ਅਤੇ ਪੁਲਿਸ ਨੂੰ ਵੀ ਮੌਕੇ 'ਤੇ ਸੱਦਿਆ ਗਿਆ। ਪਰ ਅੱਜ ਸਵੇਰ ਤੱਕ ਇਸ ਗੱਡੀ ਨੂੰ ਪੁਲਿਸ ਦੇ ਵੱਲੋਂ ਮਾਰਕੀਟ ਦੀ ਸੜਕ ਤੋਂ ਹਟਾਇਆ ਨਹੀਂ ਗਿਆ। ਕੁਝ ਹੀ ਦੇਰ ਦੇ ਵਿੱਚ ਇਸ ਥਾਂ 'ਤੇ ਦੇਖਿਓ ਤੁਸੀਂ ਕਿੰਨੇ ਕਿਲੋਮੀਟਰ ਲੰਮਾ ਜਾਮ ਲੱਗ ਜਾਣਾ ਹੈ। ਅਤੇ ਜੇਕਰ ਆਉਣ ਵਾਲੇ ਘੰਟਿਆਂ ਦੇ ਵਿੱਚ ਗੱਡੀ ਨਾ ਹਟਾਈ ਗਈ ਤਾਂ ਪੂਰਾ ਸੋਲਨ ਸ਼ਹਿਰ ਹੈ ਜਿਹੜਾ, ਜਿਹੜੇ ਲੋਕ ਉੱਥੇ ਰਹਿੰਦੇ ਨੇ ਉਹਨਾਂ ਨੂੰ ਟ੍ਰੈਫਿਕ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤਾਂ ਸੋਲਨ ਦੇ ਰਾਜਗੜ੍ਹ ਦੀਆਂ ਤਸਵੀਰਾਂ, ਜਿੱਥੇ ਚੰਡੀਗੜ੍ਹ ਨੰਬਰ ਗੱਡੀ ਦਾ ਭਿਆਨਕ ਹਾਦਸਾ ਹੋਇਆ ਹੈ। ਤਾਂ ਏਅਰਬੈਗ ਦੇ ਨਾਲ ਨਾਲ ਗੱਡੀ ਦਾ ਐਕਸਲ ਵੀ ਟੁੱਟ ਗਿਆ। ਕਿੱਡਾ ਭਿਆਨਕ ਹਾਦਸਾ ਹੋਇਆ ਹੈ, ਦੇਖ ਸਕਦੇ ਹੋ ਤਸਵੀਰਾਂ। ਚੰਡੀਗੜ੍ਹ ਦੀ ਗੱਡੀ ਦਾ ਪਹਾੜਾਂ ਦੇ ਵਿੱਚ ਭਿਆਨਕ ਹਾਦਸਾ ਹੋਇਆ ਹੈ। ਦਰਅਸਲ ਆਮੋ ਸਾਹਮਣੀ ਟੱਕਰ ਹੋਈ ਹੈ ਇੱਕ ਟਰੱਕ ਦੇ ਨਾਲ, ਜਿਸ ਤੋਂ ਬਾਅਦ ਗੱਡੀ ਦਾ ਤੁਸੀਂ ਹਾਲ ਦੇਖ ਸਕਦੇ ਹੋ। ਜੀਪ ਕੰਪਸ ਦੀ ਗੱਡੀ ਹੈ, 30 ਤੋਂ 35 ਲੱਖ ਇਸ ਗੱਡੀ ਦਾ ਮੁੱਲ ਹੈ। ਪਰ ਗੱਡੀ ਦਾ ਹਾਲ ਦੇਖੋ ਐਕਸੀਡੈਂਟ ਤੋਂ ਬਾਅਦ ਕੀ ਹੋ ਗਿਆ। ਇਹ ਗਨੀਮਤ ਇਹ ਰਹੀ ਹੈ ਕਿ ਇੰਨੇ ਭਿਆਨਕ ਹਾਦਸੇ ਤੋਂ ਬਾਅਦ ਵੀ ਇਸ ਦੇ ਅੰਦਰ ਸਵਾਰ ਜਿਹੜੇ ਲੋਕ ਸਨ ਦੋ, ਉਹ ਦੋਨਾਂ ਦੀ ਜਾਨ ਬਚ ਗਈ, ਉਹਨਾਂ ਨੂੰ ਖਰੋਚ ਤੱਕ ਨਹੀਂ ਆਈ। ਤਾਂ ਗੱਡੀ ਦੀ ਸੇਫਟੀ ਤੁਹਾਨੂੰ ਦਿਖਾ ਰਹੇ ਹਾਂ ਕਿ ਏਅਰਬੈਗ ਵੀ ਖੁੱਲ੍ਹ ਗਏ, ਐਕਸਲ ਟੁੱਟ ਗਿਆ, ਪਰ ਫਿਰ ਵੀ ਜਿਹੜੇ ਅੰਦਰ ਕਾਰ ਸਵਾਰ ਸੀ ਉਹਨਾਂ ਨੂੰ ਖਰੋਚ ਤੱਕ ਨਹੀਂ ਆਈ। ਪਰ ਤਸਵੀਰਾਂ ਤੁਹਾਨੂੰ ਜਿਹੜੀਆਂ ਦਿਖਾਈਆਂ ਉਹ ਸੋਲਨ ਸ਼ਹਿਰ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਰਾਜਗੜ੍ਹ ਰੋਡ ਦੇ ਉੱਤੇ ਮੇਨ ਮਾਰਕੀਟ ਦੀ ਇਹ ਰੋਡ ਹੈ, ਜਿੱਥੇ ਇਹ ਗੱਡੀ ਜੋ ਕਿ ਚੰਡੀਗੜ੍ਹ ਨੰਬਰ ਦੀ ਹੈ, ਇਸ ਦਾ ਇੱਕ ਟਰੱਕ ਦੇ ਨਾਲ ਹਾਦਸਾ ਹੁੰਦਾ ਹੈ, ਟੱਕਰ ਹੁੰਦੀ ਹੈ ਆਮੋ ਸਾਹਮਣੀ, ਜਿਸ ਤੋਂ ਬਾਅਦ ਗੱਡੀ ਬੁਰੀ ਤਰੀਕੇ ਦੇ ਨਾਲ ਨੁਕਸਾਨੀ ਗਈ ਅਤੇ ਪੁਲਿਸ ਨੂੰ ਵੀ ਮੌਕੇ 'ਤੇ ਸੱਦਿਆ ਗਿਆ। ਪਰ ਅੱਜ ਸਵੇਰ ਤੱਕ ਇਸ ਗੱਡੀ ਨੂੰ ਪੁਲਿਸ ਦੇ ਵੱਲੋਂ ਮਾਰਕੀਟ ਦੀ ਸੜਕ ਤੋਂ ਹਟਾਇਆ ਨਹੀਂ ਗਿਆ। ਕੁਝ ਹੀ ਦੇਰ ਦੇ ਵਿੱਚ ਇਸ ਥਾਂ 'ਤੇ ਦੇਖਿਓ ਤੁਸੀਂ ਕਿੰਨੇ ਕਿਲੋਮੀਟਰ ਲੰਮਾ ਜਾਮ ਲੱਗ ਜਾਣਾ ਹੈ। ਅਤੇ ਜੇਕਰ ਆਉਣ ਵਾਲੇ ਘੰਟਿਆਂ ਦੇ ਵਿੱਚ ਗੱਡੀ ਨਾ ਹਟਾਈ ਗਈ ਤਾਂ ਪੂਰਾ ਸੋਲਨ ਸ਼ਹਿਰ ਹੈ ਜਿਹੜਾ, ਜਿਹੜੇ ਲੋਕ ਉੱਥੇ ਰਹਿੰਦੇ ਨੇ ਉਹਨਾਂ ਨੂੰ ਟ੍ਰੈਫਿਕ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤਾਂ ਸੋਲਨ ਦੇ ਰਾਜਗੜ੍ਹ ਦੀਆਂ ਤਸਵੀਰਾਂ, ਜਿੱਥੇ ਚੰਡੀਗੜ੍ਹ ਨੰਬਰ ਗੱਡੀ ਦਾ ਭਿਆਨਕ ਹਾਦਸਾ ਹੋਇਆ ਹੈ। ਤਾਂ ਏਅਰਬੈਗ ਦੇ ਨਾਲ ਨਾਲ ਗੱਡੀ ਦਾ ਐਕਸਲ ਵੀ ਟੁੱਟ ਗਿਆ। ਕਿੱਡਾ ਭਿਆਨਕ ਹਾਦਸਾ ਹੋਇਆ ਹੈ, ਦੇਖ ਸਕਦੇ ਹੋ ਤਸਵੀਰਾਂ। ਚੰਡੀਗੜ੍ਹ ਦੀ ਗੱਡੀ ਦਾ ਪਹਾੜਾਂ ਦੇ ਵਿੱਚ ਭਿਆਨਕ ਹਾਦਸਾ ਹੋਇਆ ਹੈ। ਦਰਅਸਲ ਆਮੋ ਸਾਹਮਣੀ ਟੱਕਰ ਹੋਈ ਹੈ ਇੱਕ ਟਰੱਕ ਦੇ ਨਾਲ, ਜਿਸ ਤੋਂ ਬਾਅਦ ਗੱਡੀ ਦਾ ਤੁਸੀਂ ਹਾਲ ਦੇਖ ਸਕਦੇ ਹੋ। ਜੀਪ ਕੰਪਸ ਦੀ ਗੱਡੀ ਹੈ, 30 ਤੋਂ 35 ਲੱਖ ਇਸ ਗੱਡੀ ਦਾ ਮੁੱਲ ਹੈ। ਪਰ ਗੱਡੀ ਦਾ ਹਾਲ ਦੇਖੋ ਐਕਸੀਡੈਂਟ ਤੋਂ ਬਾਅਦ ਕੀ ਹੋ ਗਿਆ। ਇਹ ਗਨੀਮਤ ਇਹ ਰਹੀ ਹੈ ਕਿ ਇੰਨੇ ਭਿਆਨਕ ਹਾਦਸੇ ਤੋਂ ਬਾਅਦ ਵੀ ਇਸ ਦੇ ਅੰਦਰ ਸਵਾਰ ਜਿਹੜੇ ਲੋਕ ਸਨ ਦੋ, ਉਹ ਦੋਨਾਂ ਦੀ ਜਾਨ ਬਚ ਗਈ, ਉਹਨਾਂ ਨੂੰ ਖਰੋਚ ਤੱਕ ਨਹੀਂ ਆਈ। ਤਾਂ ਗੱਡੀ ਦੀ ਸੇਫਟੀ ਤੁਹਾਨੂੰ ਦਿਖਾ ਰਹੇ ਹਾਂ ਕਿ ਏਅਰਬੈਗ ਵੀ ਖੁੱਲ੍ਹ ਗਏ, ਐਕਸਲ ਟੁੱਟ ਗਿਆ, ਪਰ ਫਿਰ ਵੀ ਜਿਹੜੇ ਅੰਦਰ ਕਾਰ ਸਵਾਰ ਸੀ ਉਹਨਾਂ ਨੂੰ ਖਰੋਚ ਤੱਕ ਨਹੀਂ ਆਈ। ਪਰ ਤਸਵੀਰਾਂ ਤੁਹਾਨੂੰ ਜਿਹੜੀਆਂ ਦਿਖਾਈਆਂ ਉਹ ਸੋਲਨ ਸ਼ਹਿਰ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਰਾਜਗੜ੍ਹ ਰੋਡ ਦੇ ਉੱਤੇ ਮੇਨ ਮਾਰਕੀਟ ਦੀ ਇਹ ਰੋਡ ਹੈ, ਜਿੱਥੇ ਇਹ ਗੱਡੀ ਜੋ ਕਿ ਚੰਡੀਗੜ੍ਹ ਨੰਬਰ ਦੀ ਹੈ, ਇਸ ਦਾ ਇੱਕ ਟਰੱਕ ਦੇ ਨਾਲ ਹਾਦਸਾ ਹੁੰਦਾ ਹੈ, ਟੱਕਰ ਹੁੰਦੀ ਹੈ ਆਮੋ ਸਾਹਮਣੀ, ਜਿਸ ਤੋਂ ਬਾਅਦ ਗੱਡੀ ਬੁਰੀ ਤਰੀਕੇ ਦੇ ਨਾਲ ਨੁਕਸਾਨੀ ਗਈ
ਤੇ ਪੁਲਿਸ ਨੂੰ ਵੀ ਮੌਕੇ ਤੇ ਸੱਦਿਆ ਗਿਆ, ਪਰ ਅੱਜ ਸਵੇਰ ਤੱਕ ਇਸ ਗੱਡੀ ਨੂੰ ਪੁਲਿਸ ਦੇ ਵੱਲੋਂ ਮਾਰਕੀਟ ਦੀ ਸੜਕ ਤੋਂ ਹਟਾਇਆ ਨਹੀਂ ਗਿਆ। ਕੁਝ ਹੀ ਦੇਰ ਦੇ ਵਿੱਚ ਇਸ ਥਾਂ ਤੇ ਦੇਖਿਓ ਤੁਸੀਂ ਕਿੰਨੇ ਕਿਲੋਮੀਟਰ ਲੰਮਾ ਜਾਮ ਲੱਗ ਜਾਣਾ ਹੈ, ਤੇ ਜੇਕਰ ਆਉਣ ਵਾਲੇ ਘੰਟਿਆਂ ਦੇ ਵਿੱਚ ਗੱਡੀ ਨਾ ਹਟਾਈ ਗਈ ਤਾਂ ਪੂਰਾ ਸੋਲਨ ਸ਼ਹਿਰ ਹੈ ਜਿਹੜਾ, ਜਿਹੜੇ ਲੋਕ ਉੱਥੇ ਰਹਿੰਦੇ ਨੇ ਉਹਨਾਂ ਨੂੰ ਟ੍ਰੈਫਿਕ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤਾਂ ਸੋਲਨ ਦੇ ਰਾਜਗੜ੍ਹ ਦੀਆਂ ਤਸਵੀਰਾਂ ਜਿੱਥੇ ਚੰਡੀਗੜ੍ਹ ਨੰਬਰ ਗੱਡੀ ਦਾ ਭਿਆਨਕ ਹਾਦਸਾ ਹੋਇਆ ਹੈ।